ਉੱਥੇ ਚੋਣਾਂ ਦੀ ਆਫਰ ਤੇ ਬਲਕੌਰ ਸਿੰਘ ਦਾ ਬਿਆਨ ਸਾਹਮਣੇ ਆਇਆ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਬਿਆਨ ਸਾਹਮਣੇ ਆਇਆ, ਕਿਹਾ ਕਿ ਜੇ ਮੇਰਾ ਮਨ ਹੋਇਆ ਤਾਂ ਰਾਜਨੀਤੀ ਵਿੱਚ ਜਾਵਾਂਗਾ। ਇਹ ਵੱਡਾ ਬਿਆਨ ਇੱਥੇ ਬਲਕੌਰ ਸਿੰਘ ਨੇ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਕਿ ਮੈਂ ਕਿਸੇ ਨੂੰ ਇਸ ਬਾਬਤ ਕਿਉਂ ਪੁੱਛਾਂ, ਮੈਂ ਇਸ ਬਾਬਤ ਕਿਸੇ ਨੂੰ ਕਿਉਂ ਪੁੱਛਾਂ। ਬਲਕੌਰ ਸਿੰਘ ਦਾ ਬਿਆਨ ਸਾਹਮਣੇ ਆਇਆ, ਚੋਣਾਂ ਦੀ ਆਫਰ ਨੂੰ ਲੈ ਕੇ ਉਹਨਾਂ ਦਾ ਜਿਹੜਾ ਬਿਆਨ ਹੈ ਇਹ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ ਜੇ ਮੇਰਾ ਮਨ ਰਾਜਨੀਤੀ ਦੇ ਵਿੱਚ ਹੋਵੇਗਾ ਤਾਂ ਹੀ ਮੈਂ ਰਾਜਨੀਤੀ ਦੇ ਵਿੱਚ ਜਾਵਾਂਗਾ। ਇੱਥੇ ਦੱਸ ਦਈਏ ਬਲਕੌਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ, ਚੋਣਾਂ ਦੀ ਆਫਰ ਨੂੰ ਲੈ ਕੇ ਇਹ ਵੱਡਾ ਬਿਆਨ ਸਾਹਮਣੇ ਆਇਆ। ਚਰਚਾਵਾਂ ਇਹ ਆ ਰਹੀਆਂ ਸਨ ਕੁਝ ਸਮਾਂ ਪਹਿਲਾਂ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਚੋਣਾਂ ਲੜਨਗੇ, ਕਿਉਂਕਿ ਹਾਲ ਹੀ ਵਿੱਚ ਲੋਕ ਸਭਾ ਚੋਣਾਂ ਨੇ ਤੇ ਕਾਂਗਰਸ ਪ੍ਰਧਾਨ ਰਾਜਾ ਬੜਿੰਗ ਤੋਂ ਵੀ ਜਦੋਂ ਪੁੱਛਿਆ ਗਿਆ ਸੀ ਤਾਂ ਉਹਨਾਂ ਨੇ ਵੀ ਕਿਹਾ ਸੀ ਕਿ ਅਸੀਂ ਸਵਾਗਤ ਕਰਦੇ ਹਾਂ, ਅਸੀਂ ਘਰ ਜਾ ਕੇ ਸਵਾਗਤ ਕਰਾਂਗੇ ਜੇਕਰ ਅਜਿਹਾ ਫੈਸਲਾ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਲੈਂਦੇ ਹੋਏ ਨਜ਼ਰ ਆਉਂਦੇ ਨੇ। ਤੇ ਬਲਕੌਰ ਸਿੰਘ ਦਾ ਕਹਿਣਾ ਹੈ ਜੇ ਮੇਰਾ ਮਨ ਹੋਇਆ ਤਾਂ ਰਾਜਨੀਤੀ ਵਿੱਚ ਜਾਵਾਂਗਾ, ਮੈਂ ਕਿਸੇ ਨੂੰ ਕਿਉਂ ਪੁੱਛਾਂ, ਮੈਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਹੈ, ਜੇ ਮੇਰਾ ਮਨ ਕਰੇਗਾ ਤਾਂ ਮੈਂ ਰਾਜਨੀਤੀ ਵਿੱਚ ਜਾਵਾਂਗਾ। ਮੈਂ ਕਿਸੇ ਨੂੰ ਚਾਹ ਕੇ ਵੀ ਲੀਡਰ ਨਹੀਂ ਬਣਾ ਸਕਦਾ, ਮੈਂ ਕਿਸੇ ਦਾ ਜੋ ਮੇਰਾ ਹਾਲ ਹੈ ਮੈਨੂੰ ਮੇਰੇ ਘਰੇ ਬੈਠਣ ਦਿਓ, ਜੇ ਮੇਰਾ ਰਾਜਨੀਤਿਕ ਮਨ ਹੋਇਆ ਮੈਂ ਜਾਊਂਗਾ, ਕਿਉਂ ਕਿਉਂ ਮੈਂ ਤੁਹਾਡੇ ਕੋਲ ਕਲੀਅਰ ਕਰਾਂ ਵੀ ਮੈਂ ਆਹ ਕਹੂੰਗਾ, ਮੈਂ ਆਹ ਕਹੂੰਗਾ, ਮੈਨੂੰ ਕਰੋੜਾ ਪਸੰਦ ਨਹੀਂ ਮੰਗਵਾਇਆ, ਮੈਂ ਨਹੀਂ ਕਹਿੰਦਾ, ਆਪਦੇ ਘਰੇ ਬੈਠੂੰਗਾ, ਤੁਹਾਡੇ ਕੋਲ ਵੀ ਹੱਕ ਹੈ ਮੇਰੇ ਕੋਲ ਵੀ ਹੱਕ ਹੈ, ਕਿਉਂ ਸਪੈਕਟ ਕਰ ਦੂੰਗਾ ਮੈਂ ਹਰੇਕ ਚੀਜ਼ ਤੁਹਾਨੂੰ ਦੱਸ ਕੇ ਕਰਾਂ। ਨਹੀਂ, ਬਲਕੌਰ ਸਿੰਘ ਜੀ ਨੇ ਸਾਡੇ ਕੋਲ ਕਿਸੇ ਪ੍ਰਕਾਰ ਦੀ ਇੱਛਾ ਨਹੀਂ ਜਤਾਈ। ਅਗਰ ਬਲਕੌਰ ਸਿੰਘ ਜੀ ਇੱਛਾ ਜਤਾਉਣਗੇ ਜਾਂ ਉਹਨਾਂ ਦੀ ਇੱਛਾ ਹੋਏਗੀ, ਅਜੇ ਕਿਸੇ ਪ੍ਰਕਾਰ ਦੀ ਗੱਲ ਨਹੀਂ ਹੋਈ, ਤਾਂ ਬਲਕੌਰ ਸਿੰਘ ਜੀ ਮੋਸਟ ਵੈਲਕਮ, ਸਾਨੂੰ ਇਸ ਤੋਂ ਚੰਗਾ ਕੁਝ ਹੋਰ ਹੋਏਗਾ ਹੀ। ਅਗਰ ਬਲਕੌਰ ਸਿੰਘ ਜੀ, ਅਸੀਂ ਪੁੱਛਾਂਗੇ ਬਲਕੌਰ ਸਿੰਘ ਜੀ ਨੂੰ, ਅਗਰ ਪਰਿਵਾਰ ਇਹ ਚਾਹੁੰਦਾ ਹੋਏਗਾ, ਇਹ ਪਰਿਵਾਰ ਦਾ ਡਿਸੀਜ਼ਨ ਹੈ। ਮੈਂ ਪਹਿਲੇ ਦਿਨ ਕੋ ਕਿਹਾ ਕਿ ਮੂਸੇ ਵਾਲੇ ਪਰਿਵਾਰ ਨਾਲ ਦਿਲੀ ਸੰਬੰਧ ਸੀਗਾ, ਦੋਸਤਾਨਾ ਸੰਬੰਧ ਸੀਗਾ, ਪਿਆਰ ਸੀਗਾ, ਉਹਨਾਂ ਨਾਲ ਕਦੇ ਰਾਜਨੀਤੀ ਦੀ ਗੱਲ ਇਸ ਪ੍ਰਕਾਰ ਨਹੀਂ ਕੀਤੀ। ਸ਼ੁਭ ਦੀ ਪਾਪ ਚਾਹੁੰਦੇ ਸਨ ਚੁਣਾਵ ਲੜਨਾ, ਇਸੇ ਕਰਕੇ ਉਹਨਾਂ ਨੂੰ ਪਾਰਟੀ ਨੇ ਲਿਆ ਕੇ, ਰਾਹੁਲ ਗਾਂਧੀ ਜੀ ਨੇ ਸਪੈਸ਼ਲੀ ਉਹਨਾਂ ਨੂੰ ਲੜਾਇਆ ਗਿਆ। ਅੱਜ ਵੀ ਅਗਰ ਮਾਤਾ ਜੀ ਬਲਕੌਰ ਸਿੰਘ ਜੀ ਅਗਰ ਇੱਛਾ ਜ਼ਾਹਿਰ ਕਰਨਗੇ ਬਤੌਰ ਪ੍ਰਧਾਨ ਅਤੇ ਉਹਨਾਂ ਦੇ ਪਰਿਵਾਰਕ ਦੇ ਨੇੜਲੇ ਸੰਬੰਧਾਂ 'ਚੋਂ ਹੋਣ ਦੇ ਨਾਤੇ ਮੈਂ ਉਹਨਾਂ ਨੂੰ ਪੁੱਛਾਂਗਾ, ਤਾਂ ਬਿਲਕੁਲ ਮੋਸਟ ਵੈਲਕਮ, ਹੱਥ ਜੋੜ ਕੇ ਘਰੇ ਜਾ ਕੇ ਅਸੀਂ ਉਹਨਾਂ ਨੂੰ ਸਨਮਾਨ ਕਰਕੇ ਆਵਾਂ। ਮੈਂ ਕਿਹਨੂੰ ਖਾਬਰਾ ਦੇਵਾਂ, ਕਿਹਨੂੰ ਨਾ ਦੇਵਾਂ, ਮੇਰਾ ਕੀ ਮਤਲਬ, ਮੈਂ ਕੌਣ ਆ ਜਾ, ਮੈਂ ਇੱਕ ਛੋਟਾ ਜਿਹਾ ਸਰਪੰਚ ਹੈ ਇੱਕ ਪਿੰਡ ਦਾ, ਮੈਂ ਕਿਸੇ ਨੂੰ ਚਾਹ ਕੇ ਵੀ ਲੀਡਰ ਨਹੀਂ ਬਣਾ ਸਕਦਾ, ਮੈਂ ਕਿਸੇ ਦਾ ਜੋ ਮੇਰਾ ਹਾਲ ਹੈ ਮੈਨੂੰ ਮੇਰੇ ਘਰੇ ਬੈਠਣ ਦਿਓ, ਜੇ ਮੇਰਾ ਰਾਜਨੀਤਿਕ ਮਨ ਹੋਇਆ ਮੈਂ ਜਾਊਂਗਾ, ਕਿਉਂ ਕਿਉਂ ਮੈਂ ਤੁਹਾਡੇ ਕੋਲ ਕਲੀਅਰ ਕਰਾਂ ਵੀ ਮੈਂ ਉੱਥੇ ਆਹ ਕਹੂੰਗਾ, ਮੈਂ ਆਹ ਕਹੂੰਗਾ, ਮੈਨੂੰ ਕਰੋੜਾ ਪਸੰਦ ਨਹੀਂ ਮੰਗਵਾਇਆ, ਮੈਂ ਨਹੀਂ ਕਹਿੰਦਾ, ਆਪਦੇ ਘਰੇ ਬੈਠੂੰਗਾ, ਤੁਹਾਡੇ ਕੋਲ ਵੀ ਹੱਕ ਹੈ ਮੇਰੇ ਕੋਲ ਵੀ ਹੱਕ ਹੈ, ਕਿਉਂ ਸਪੈਕਟ ਕਰ ਦੂੰਗਾ ਮੈਂ ਹਰੇਕ ਚੀਜ਼ ਤੁਹਾਨੂੰ ਦੱਸ ਕੇ ਕਰਾਂ। ਤੁਸੀਂ ਰਾਜਨੀਤਿਕ ਕਿਆ ਕਰਨੀ ਹੈ, ਕਿਤੋਂ ਐਮ ਪੀ ਖੜੇ ਹੋਣਾ, ਕਿਤੋਂ ਐਮ ਐਲ ਏ ਹੋਣਾ, ਕੀ ਸਰਕੇ ਉਹ ਕਦਾਂ ਤੁਹਾਡੇ ਸਾਹਮਣੇ ਕਰ, ਮੈਨੂੰ ਮੇਰੇ ਹਾਲ ਤੇ ਛੱਡ, ਤੁਹਾਨੂੰ ਮੇਰਾ ਪਰਿਵਾਰ ਸ਼ੁਭਦੀਪ ਦੇ ਜਮਨੇ ਜੀ ਵੀ ਪ੍ਰੋਡਕਟ ਸੀ, ਅੱਜ ਵੀ ਇੱਕ ਪ੍ਰੋਡਕਟ ਸੀ, ਤੁਸੀਂ ਸਾਨੂੰ ਜੂਸ ਕਰਨਾ ਚਾਹੁੰਦੇ ਹੋ, ਇੰਨੀ ਕੁ ਸਮਝ ਮੈਨੂੰ ਬਾਈ ਹੁਣ ਦਿੱਤੀ ਹੋਈ ਹੈ, ਮੈਂ ਉੱਥੋਂ ਜੂਸ ਨਹੀਂ ਹੁਣ, ਜੇ ਮੇਰਾ ਰਾਜਨੀਤਿਕ ਮਨ ਹੋਇਆ ਮੈਂ ਜਾਊਂਗਾ, ਕਿਉਂ ਕਿਉਂ ਮੈਂ ਤੁਹਾਡੇ ਕੋਲ ਕਲੀਅਰ ਕਰਾਂ ਵੀ ਮੈਂ ਉੱਥੇ ਆਹ ਕਹੂੰਗਾ, ਮੈਂ ਆਹ ਕਹੂੰਗਾ, ਮੈਨੂੰ ਕਰੋੜਾ ਪਸੰਦ ਨਹੀਂ ਮੰਗਵਾਇਆ, ਮੈਂ ਨਹੀਂ ਕਹਿੰਦਾ,